ਹੈਲੋ ਫਰੈਂਡਸ ਆਪਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਰਿਗਾਰਡਿੰਗ ਐਨਟੀਟੀ ਪ੍ਰੀ ਪ੍ਰਾਇਮਰੀ ਪੋਸਟਾਂ ਜਿਹੜੀਆਂ ਨਿਕਲੀਆਂ ਸੀ 8393 ਉਸ ਦੀ ਅਸੀਂ ਨਵੀਂ ਅਪਡੇਟ ਦੇ ਰਿਗਾਰਡਿੰਗ ਨਵੀਂ ਅਪਡੇਟ ਕੀ ਹੈ ਕਿ ਐਗਜ਼ਾਮ ਹੋਏਗਾ ਜਾਂ ਨਹੀਂ ਹੋਏਗਾ ਕੋਰਡ ਦਾ ਡਿਸੀਜਨ ਆਏਗਾ ਕਿ ਈਟੀਟੀ ਪਲੱਸ ਬੀਐਡ ਵਾਲੇ ਐਲੀਜੀਬਲ ਹੋਣਗੇ ਸਾਰੇ ਜਿਹੜੇ ਕਿਊਰੀ ਜ਼ਿਆਦਾ ਅਨਸਰ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਾਂਗਾ ਸੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹਾਂਗਾ ਕਿ ਤੁਸੀਂ ਫਸਟ ਟਾਈਮ ਚੈਨਲ ਤੇ ਵਿਜ਼ਿਟ ਕੀਤਾ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਲੱਸ ਸਾਡੇ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰਨਾ ਇਹਦੇ ਵੀ ਜੜੀ ਵੀ ਨਵੀਂ ਅਪਡੇਟ ਆਂਦੀ ਹੈ ਰਿਗਾਰਡਿੰਗ ਆਨਲਾਈਨ ਟੈਸਟ ਵੈਰਾ ਆਪ ਆਪਣੇ YouTube ਚੈਨਲ ਤੇ ਅਪਲੋਡ ਕਰਦੇ ਰਹਿੰਦੇ ਆ ਤਾਂ ਚਲੋ ਦੇਖਦੇ ਆ ਅੱਜ ਦੀ ਅਪਡੇਟ ਹੈ ਕੀ ਹੈ ਅਤੇ ਉਹਦੇ ਵਿੱਚ ਕੀ ਕੀ ਦੱਸਿਆ ਹੋਇਆ ਸੋ ਦੇਖਦੇ ਆ ਪੂਰੀ ਨਿਊਜ਼ ਆ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਪੂਰਾ ਹੈਗਾ ਜੀ ਇਹ ਤੁਹਾਨੂੰ ਪੂਰਾ 1 ਬਾਈ 1 ਐਕਸਪਲੇਨ ਕਰਦੇ ਆ ਇਹਦੇ ਵਿੱਚ ਹੈ ਕੀ ਹੈ ਜੀ ਸਭ ਤੋਂ ਪਹਿਲੇ ਦੱਸਿਆ ਆ ਪੰਜਾਬ ਸਰਕਾਰ ਸਿੱਖਿਆ ਵਲੰਟੀਅਰ ਨੂੰ ਪੱਕਾ ਕਰਨ ਲਈ ਠੀਕ ਹੈ ਜੀ ਸੁਹਿਰਦ ਸੋ ਇਹਦੇ ਵਿੱਚ ਦੱਸਿਆ ਹੋਇਆ ਪ੍ਰੀ ਪ੍ਰਾਇਮਰੀ ਅਧਿਆਪਕਾਂ ਲਈ 8399 ਅਸਮੀਆਂ ਠੀਕ ਹੈ ਜੀ ਇਸ ਕਲੈਕਸ਼ਨ ਪ੍ਰਕਿਰਿਆ ਵਿੱਚ ਸਭ ਤੋਂ ਪਹਿਲੇ ਦੱਸਿਆ ਹੋਇਆ ਵਾਧੂ ਦਸੰਕ ਪਲਸ ਇਗਨੋ ਤੋਂ ਐਂਟੀਟੀ ਡਿਪਲੋਮਾ ਅਤੇ ਅਧਿਆਪਕ ਯੋਗਤਾ ਟੈਸਟ ਦੀ ਇਹਨਾਂ ਨੂੰ ਛੋੜ ਦਿੱਤੀ ਗਈ ਹੈ ਉਸ ਤੋਂ ਬਾਅਦ ਠੀਕ ਹੈ ਜੀ ਇਹਦੇ ਵਿੱਚ ਦਸੰਕ ਵਗੈਰਾ ਸਭ ਕੁਝ ਦੱਸਿਆ ਹੋਇਆ ਪਲਸ ਏਜ ਰੈਲੈਕਸੇਸ਼ਨ ਵੀ ਇਹਨਾਂ ਨੂੰ ਮਿਲਿਆ ਹੋਇਆ ਸੋ ਇਹਦੇ ਵਿੱਚ ਫਿਲਹਾਲ ਚਲੋ ਸਭ ਤੋਂ ਮੇਨ ਜੋ ਗੱਲ ਤੁਹਾਨੂੰ ਲਾਸਟ ਵਿੱਚ ਦੱਸੂਗਾ ਪਹਿਲੇ ਦੇਖ ਲੈਣੀ ਨਾ ਕੀ ਕੀ ਕਿਆ ਹੈ ਉਸ ਤੋਂ ਪਹਿਲਾ ਪੁਆਇੰਟ ਦੱਸਿਆ ਹੋਇਆ ਕਿ ਪੰਜਾਬ ਸਰਕਾਰ ਵਲੰਟੀਅਰਸ ਨੂੰ ਪੱਕੇ ਕਰਨ ਲਈ ਪੂਰੀ ਤਰ੍ਹਾਂ ਸੁਰਹਿਦ ਹੈ ਠੀਕ ਹੈ ਜੀ ਨੈਕਸਟ ਪੁਆਇੰਟ ਦੱਸਿਆ ਹੋਇਆ ਸੈਕੰਡ ਇਸ ਲਈ ਪੰਜਾਬ ਸਰਕਾਰ ਦੇ ਵਲੰਟੀਅਰਸ ਨੂੰ 8399 ਪੀ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਯੋਗ ਬਣਾਉਣ ਲਈ ਐਨਟੀਟੀ ਡਿਪਲੋਮਾ ਕਰਨ ਦਾ ਇੱਕ ਖਾਸ ਮੌਕਾ ਵੀ ਦਿੱਤਾ ਡਿਪਲੋਮਾ ਪਾਸ ਕਰਨ ਤੋਂ ਬਾਅਦ ਕਈ ਵਲੰਟੀਅਰਾਂ ਨੇ ਇਨਾ ਅਸਾਮੀਆਂ ਲਈ ਅਪਲਾਈ ਕੀਤਾ ਹੈ ਠੀਕ ਹੈ ਜੀ ਤੁਹਾਨੂੰ ਪਤਾ ਇਹਦਾ ਪੋਰਟਲ ਓਪਨ ਹੋਇਆ ਸੀ ਕਾਫੀਆਂ ਨੇ ਰਜਿਸਟਰ ਕੀਤਾ ਹੋਇਆ ਵੱਡਾ ਫਾਇਦਾ ਕੀ ਕੀ ਹੈ ਸਭ ਤੋਂ ਪਹਿਲੇ ਸਿੱਧੀ ਭਰਤੀ ਬੀਪੀਓ ਸੀਐਸਟੀ ਅਤੇ ਐਚਟੀ ਥੱਲੇ ਇਹਨਾਂ ਨੇ ਦੱਸਿਆ ਹੋਇਆ ਠੀਕ ਹੈ ਜੀ ਪੰਜਾਬੀ ਦੇ ਵਿੱਚ ਆਦੀ ਠੀਕ ਹੈ ਜੀ ਵੋਲੰਟਰੀਆਂ ਨੂੰ ਮੌਕਾ ਦਿੰਦਿਆਂ ਭਰਤੀ ਕੀਤਾ ਗਿਆ ਠੀਕ ਹੈ ਇਹਨਾਂ ਡਿਪਾਰਟਮੈਂਟ ਵਿੱਚ ਇਹਨਾਂ ਨੂੰ ਭਰਤੀ ਕੀਤਾ ਗਿਆ ਸੀ ਨੈਕਸਟ ਹੋਰ ਅੱਗੇ ਦੇਖਦੇ ਹਾਂ ਜੀ 3rd ਪੁਆਇੰਟ ਕੀ ਹੈ ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਉਮਰ ਹੱਦ ਵਿੱਚ ਏਜ਼ ਲੈਕਸੇਸ਼ਨ ਜੋ ਮੈਂ ਤੁਹਾਨੂੰ ਦੱਸਿਆ ਮਿਲੀ ਸੀ ਦਿੱਤੀ ਗਈ ਹੈ ਜਿਸ ਮੁਤਾਬਕ ਜਿੰਨੀ ਜਿਸ ਵਲੰਟੀਅਰ ਦੀ ਸਿੱਖਿਆ ਵਿਭਾਗ ਵਿੱਚ ਵਲੰਟੀਅਰ ਵਜੋਂ ਸਰਵਿਸ ਹੋਵੇਗੀ ਉਸ ਨੂੰ ਕਾਰਜਕਾਲ ਦੀ ਸੀਮਾ ਠੀਕ ਹੈ ਜੀ ਸਮਾਂ ਸੀਮਾ ਜਿੰਨੀ ਉਮਰ ਦੀ ਛੋਟ ਮਿਲੇਗੀ ਲਾਲੋ ਕਿਸੇ ਦੇ 5 ਸਾਲ ਹੈ ਉਹਨੂੰ 5 ਸਾਲ ਮਿਲੂਗੀ 10 ਸਾਲ ਹੈ 10 ਸਾਲ ਮਿਲੂਗੀ ਦਨਸੋਨ ਨੈਕਸਟ ਪੁਆਇੰਟ ਦੇਖਦੇ ਹਾਂ ਜੀ ਚੌਥਾ ਪੁਆਇੰਟ ਹੈ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਵਲੰਟੀਅਨ ਨੂੰ 10 ਵੱਧ 10 ਅੰਕ ਠੀਕ ਹੈ ਵਾਧੂ ਦਿੱਤੇ ਜਾ ਰਹੇ ਹਨ ਐਕਸਟਰਾ 10 ਮਾਰਕਸ ਨੈਕਸਟ 6.5 ਪੁਆਇੰਟ ਵਲੰਟੀਅਰ ਨੂੰ ਸਿੱਧੀ ਭੜhti ਰਹੀ BPO ਠੀਕ ਹੈ ਜੀ ਉਸ ਤੋਂ ਬਾਅਦ CST ਅਤੇ HT ਲਈ ਮੌਕਾ ਦੇ ਕੇ ਭੜhti ਵੀ ਕੀਤਾ ਗਿਆ ਹੈ ਠੀਕ ਹੈ ਜੀ ਨੈਕਸਟ 6. ਪੁਆਇੰਟ ਹੈ EGS AI E ਠੀਕ ਹੈ ਜੀ ਅਤੇ ਹੋਰ ਵਲੰਟੀਅਰ ਬਿਨਾਂ ਕਿਸੇ ਇਸ਼ਤਿਹਾਰ ਪਿੰਡੂ ਵਿਕਾਸ ਕਮੇਟੀਆਂ ਰਾਹੀਂ ਕੱਚੇ ਰੱਖੇ ਗਏ ਸਨ ਅਤੇ ਜਿਨ੍ਹਾਂ ਸਕੀਮਾਂ ਰਾਹੀਂ ਇਹਨਾਂ ਵਲੰਟੀਅਰ ਨੂੰ ਭੜਤੀ ਕੀਤਾ ਗਿਆ ਸੀ ਨੂੰ ਕੇਂਦਰ ਸਰਕਾਰ ਦੇ ਬੰਦ ਕਰਨ ਦੇ باوجود ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਪਰਿਵਾਰਿਕ ਹਾਲਾਤਾਂ ਦੇ ਮੰਦੇ ਨਜ਼ਰ ਇਹਨਾਂ ਦੀਆਂ ਸੇਵਾਵਾਂ ਨੂੰ ਸਕੂਲਾਂ ਵਿੱਚ ਜਾਰੀ ਰੱਖਿਆ ਗਿਆ ਠੀਕ ਹੈ ਜੀ ਕੰਟੀਨਰ ਰੱਖਿਆ ਸੀ ਨਾ ਇਹ ਦੱਸਿਆ ਹੋਇਆ ਹੁਣ ਇਹਨਾਂ ਵਲੰਟੀਅਰਾਂ ਦੀਆਂ ਸੇਵਾਵਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਪੱਕਾ ਕਰਨ ਦਾ ਮੌਕਾ ਦੇਣ ਲਈ ਇਹ ਭੜਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਲੋ ਜੀ ਇੱਥੇ ਵੀ ਪੱਕੇ ਹੋਣ ਦੀ ਗੱਲ ਕੀਤੀ ਗਈ ਹੈ ਸੋ ਡਾਇਰੈਕਟਲੀ ਇਹਨਾਂ ਨੇ ਇਹੀ ਕਿਹਾ ਕਿ ਜਿਹੜੇ ਪੁਰਾਣੇ ਬੰਦੇ ਕੰਮ ਕਰਦੇ ਹੋਏ ਆ ਉਹਨਾਂ ਬਾਰੇ ਸਭ ਕੁਝ ਨਵੇਂ ਜਿਨ੍ਹਾਂ ਨੇ ਕੇਸ ਲਾਇਆ ਹੋਇਆ ਕੋਈ ਨਹੀਂ ਹੈ ਨਵੇਂ ਬੱਚਿਆਂ ਨੇ ਜਿਨ੍ਹਾਂ ਨੇ ਰੈਸ਼ਨ ਕੀਤੀ ਸੀ ਪ੍ਰੀ ਪ੍ਰਾਇਮਰੀ ਪੋਸਟਾ ਉਹਨਾਂ ਬਾਰੇ ਕੁਝ ਨਹੀਂ ਹੈ ਸੋ ਸਭ ਕੁਝ ਪੁਰਾਣਾ ਹੀ ਇਹਨਾਂ ਨੇ ਦੱਸਿਆ ਹੋਇਆ ਹੈ ਠੀਕ ਹੈ ਜੀ ਨਵੇਂ ਬਾਰੇ ਕੋਈ ਨਹੀਂ ਹੈ ਜਿਹੜੇ ਨਵੇਂ ਬੱਚੇ ਪਾਸ ਆਊਟ ਨੇ ਅਗਲਾ ਦਿੱਖਦੇ ਆ ਜੀ 7th ਪੁਆਇੰਟ ਸਾਲ 2004 2017 ਅੰਚ ਸਰਕਾਰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਠੀਕ ਹੈ ਜੀ ਕਲਾਸਾਂ ਸ਼ੁਰੂ ਕਰਵਾਈਆਂ ਅਤੇ ਕੁਝ ਸਮੇਂ ਬਾਅਦ ਹੀ ਵੋਲੰਟੀਅਰਸ ਨੂੰ ਪੱਕੇ ਹੋਣ ਦਾ ਮੌਕਾ ਦੇਣ ਲਈ ਲੋ ਜੀ 83 93 ਜਿਹੜੀਆਂ ਪੋਸਟਾਂ ਆਏ ਆ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ। ਲੋ ਜੀ बार-बार ਉਹੀ ਗੱਲ ਆ ਰਹੀ ਜੋ ਮੈਂ ਦੱਸਦਾ ਪਿਆ ਤੁਹਾਨੂੰ ਚਲੋ ਅੱਗੇ ਰਿਪੀਟ ਕਰਦੇ ਹਾਂ ਹੋਰ ਕੀ ਆਂਦਾ ਪਿਆ ਬਾਕੀ ਫੇ ਐਕਸਪਲੇਨ ਕਰਦੇ ਹਾਂ ਹੋਰ ਦੱਸਿਆ ਆਇਆ 27 ਜੂਨ ਨੂੰ ਇਹਨਾਂ ਦਾ ਟੈਸਟ ਹੋਣਾ ਸੀ। ਬਟ ਇਹਨਾਂ ਨੇ ਤੁਹਾਨੂੰ ਪਤਾ ਹੈ ਮੰਗ ਕੀਤੀ ਗਈ ਸੀ ਇਹਨਾਂ ਦੀ ਕਿ ਟੈਸਟ ਵੈਰਾ ਨਾ ਲੀਤਾ ਜਾਵੇ ਅਗਰ ਲੀਤਾ ਜਾਵੇ ਤਾਂ ਸਾਨੂੰ ਸਭ ਤੋਂ ਪਹਿਲੇ ਪੱਕੇ ਕੀਤਾ ਜਾਵੇ ਦੱਸਿਆ ਹੋਇਆ ਉਸ ਦੇ ਰਿਗਾਰਡਿੰਗ ਦੀ ਮੰਗ ਕੁਝ ਵੋਲੰਟਰੀਆਂ ਦੇ ਡਿਪਲੋਮੇ ਦਾ ਨਤੀਜਾ ਨਾ ਆਉਣ ਮੰਦੇ ਨਜ਼ਰ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਿਆ ਹੈ ਠੀਕ ਹੈ ਜੀ ਪੋਸਟਪੋਨ ਕਰ ਦਿੱਤਾ ਸੀ ਐਗਜ਼ਾਮ ਇਹਨਾਂ ਨੇ ਨਾਇੰਥ ਪੁਆਇੰਟ ਹੈ ਯੂਨੀਨਾ ਦੇ ਅਗਵਾ ਨਾਲ ਨਿਯਮਿਤ ਤੌਰ ਤੇ ਬੈਠਕਾਂ ਕੀਤੀਆਂ ਗਈਆਂ ਹਨ ਅਤੇ ਸਰਕਾਰ ਦੇ ਨੁਮੰਦਿਆਂ ਖਾਸ ਕਰਕੇ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਵੌਲੰਟੀਅਰ ਦਿਆਂ ਜਾਇਜ਼ ਮੰਗਾ ਨੂ ਨਿਯਮਾਂ ਅਨੁਸਾਰ ਵਿਚਾਰਨ ਉਪਰੰਤ ਛੇਤੀ ਤੋਂ ਛੇਤੀ ਛੇਤੀ ਤੇ ਛੇਤੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਜਲਦੀ ਐਕਸ਼ਨ ਕੀਤਾ ਜਾਵੇਗਾ ਨਾਓ ਸਭ ਤੋਂ ਲਾਸਟ ਸੇ ਹਾਈ ਨੋਟ ਸਰਕਾਰ ਦੀ ਪੂਰੀ ਕੋਸ਼ਿਸ਼ ਰਹੇਗੀ ਸਾਰੇ EGS A IC ਅਤੇ IDC S ਟੀਆਰ ਆਦਿ ਵਲੰਟੀਅਰ ਮਤਲਬ ਜਿੰਨੇ ਵੀ ਵਲੰਟੀਅਰ ਐਕਸ ਵਾਈ ਜ਼ੈਡ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਅਤੇ ਜ਼ਰਵੇ ਨੂੰ ਮੁੱਖ ਰੱਖਦੇ ਆ ਤੇ ਨਾਲ ਦੇ ਨਾਲ ਸਰਕਾਰੀ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਦਾ ਲਾਭ ਮਿਲ ਸਕੇ ਤੋਂ ਇਹ ਨਿਊਜ਼ਪੇਪਰ ਵੀ ਤੁਸੀਂ ਦੇਖ ਸਕਦੇ ਹੋ ਸੋ ਇਨਡਾਇਰੈਕਟਲੀ ਅਤੇ ਡਾਇਰੈਕਟਲੀ ਇਹੀ ਹੈ ਕਿ ਸਭ ਤੋਂ ਪਹਿਲੇ ਜਿਹੜੇ ਆਲਰੇਡੀ ਕੰਮ ਕਰਦੇ ਆ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਰਿਲੈਕਸੇਸ਼ਨ ਮਿਲੂਗਾ 10 ਅੰਕ ਜੋ ਵੀ ਪਹਿਲੇ ਇਹਨਾਂ ਦੀਆਂ ਸੀਗੀਆਂ ਤੁਹਾਨੂੰ ਪਤਾ ਇਹਨਾਂ ਨੇ ਕਾਫੀ ਜ਼ਿਆਦਾ हेलो जी ਤੁਸੀਂ ਧਰਨਾ ਪੈਰਾ ਕੀਤਾ ਸੀਗਾ ਉਸ ਦੇ ਅਕੋਰਡਿੰਗ ਗਵਰਨਮੈਂਟ ਨੇ ਫਾਈਨਲ ਡਿਸੀਜਨ ਕੱਟਿਆ ਹੈ ਤਾਂ ਬਾਕੀ ਗੱਲ ਕਰੀਏ ਮੇਰੇ ਅਕੋਰਡਿੰਗ ਤਾਂ ਇਹ ਲੈਟਰ ਪੜਨ ਤੋਂ ਬਾਅਦ ਮੈਨੂੰ ਲੱਗਦਾ ਟਾਟਾ ਐਗਜ਼ਾਮ ਵਗੈਰਾ ਹੋਊਗਾ ਠੀਕ ਹੈ ਜੀ ਡਾਟ ਮਾਈਂਡ ਬਟ ਜੋ ਮੈਂ ਆਪਣਾ ਇੱਕ ਵਿਊ ਦੇ ਰਿਹਾ ਬਾਕੀ ਦੇਖੋ ਜੀ ਜੋ ਤਾਂ ਕਰਨਾ ਤਾਂ ਬੋਰਡ ਨਹੀਂ ਕਰਨਾ ਮੈਂ ਆਪਣਾ ਇੱਕ ਵਿਊ ਦੇ ਰਿਹਾ ਬਿਕੋਜ਼ ਇਹ ਲੈਟਰ ਤੁਸੀਂ ਵੀ ਸਮਝਾਰੋ ਪੜਿਆ ਦੇ ਵਿੱਚ ਕੀ ਕੀ ਦੱਸਿਆ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਬਾਕੀ ਗੱਲ ਕਰੀਏ ਫੀਸ ਵੈਰਾ ਦੀ ਫੀਸ ਤਾਂ ਚਲੋ ਤੁਹਾਡੀ ਰਿਫੰਡ ਕਰ ਹੀ ਦੇਣਗੇ ਉਹ ਗੱਲ ਨਹੀਂ ਹੁੰਦੀ ਫੀਸ ਨਹੀਂ ਮਾਰਦੇ ਤੁਹਾਡੀ ਰੀਫੰਡ ਦਾ ਪ੍ਰੋਸੈਸ ਜਦੋਂ ਹੋਊਗਾ ਮੈਂ ਤੁਹਾਡਾ ਕਰਾ ਦੂੰਗਾ ਬਾਕੀ ਕੋਈ ਗੱਲ ਨਹੀਂ ਫਰੈਂਡਸ ਅਗਰ ਪਰਤੀ ਨਾ ਵੀ ਹੋਈ ਰੱਦ ਵੀ ਹੋ ਗਈ ਹਿੰਮਤ ਨਾ ਹਾਰਿਓ ਨੈਕਸਟ ਲਾਈਫ ਚ ਹੋਰ ਵੀ ਬਹੁਤ ਜ਼ਿਆਦਾ ਮੌਕੇ ਮਿਲਦੇ ਨੇ ਤਾਂ ਬਾਕੀ ਤੁਹਾਨੂੰ ਕੀ ਲੱਗਦਾ ਹੈ ਜ਼ਰੂਰ ਦੱਸਿਓ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਅਤੇ ਜ਼ਰੂਰ ਸਾਡੇ ਟੈਲੀਗ੍ਰam ਠੀਕ ਹੈ ਜੀ ਚੈਨਲ ਨੂੰ ਵੀ ਜੁਆਇਨ ਕਰਿਓ so that in future ਜਿਹੜੀਆਂ ਵੀ ਇਦਾਂ ਦੀਆਂ ਲੇਟਸ ਅਪਡੇਟਸ ਆਣਗੀਆਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਤੇ ਮਿਲਦਾ ਰਹੇ so ਥੈਂਕ ਯੂ ਫਰੈਂਡਸ ਫਾ ਚਿੰਗ ਦਿਸ ਵੀਡੀਓ ਐਂਡ ਫੋਰ ਯਰ ਵੈਲੇਬਲ ਟਾਈਮ